ਸਮਾਣਾ ਦੇ ਸਰਕਾਰੀ ਹੋਸਪਿਟਲ ਦੇ ਰੇਡੀਓਗ੍ਰਾਫਰ ਦਾ ਕੁਛ ਦਿਨ ਦੇ ਲਈ ਦੁੱਧਨ ਸਾਧਾ ਵਿੱਚ ਡਿਊਟੀ ਤੈਨਾਤ ਕੀਤੀ ਗਈ ਹੈ, ਜਿਸ ਦੇ ਕਰਕੇ ਇੱਥੇ ਮੁਸ਼ਕਲ ਦਾ ਸਾਹਮਣਾ ਮਰੀਜ਼ਾਂ ਨੂੰ ਕਰਨਾ ਪੈ ਰਿਹਾ ਹੈ। ਸਮਾਣਾ ਦੇ ਸਰਕਾਰੀ ਹੋਸਪਿਟਲ ਐਕਸਰੇ ਕਰਾਉਣ ਦੇ ਲਈ ਪਾਤੜਾਂ, ਸਤਰਾਣਾ, ਅਰਨੋ ਅਤੇ ਖਨੌਰੀ ਤੱਕ ਦੇ ਮਰੀਜ਼ ਇੱਥੇ ਆਉਂਦੇ ਹੈ, ਲੇਕਿਨ ਉਹਦਾ ਤਬਾਦਲਾ ਹੋਣ ਨਾਲ ਜਿਹੜਾ ਇੱਕੋ ਕਰਮਚਾਰੀ ਹੈ ਜਿਹਨੇ ਪਰਚੀ ਵੀ ਕੱਟਣੀ ਹੈ, ਐਕਸਰਾ ਵੀ ਕਰਨਾ ਹੈ, ਫਿਲਮ ਵੀ ਕੱਢ ਕੇ ਦੇਣੀ ਹੈ ਮਰੀਜ਼ ਨੂੰ, ਉਸਦੇ ਵਿੱਚ ਕਾਫੀ ਵਕਤ ਲੱਗ ਰਿਹਾ, ਲੋਕਾਂ ਤੋਂ 2 ਘੰਟੇ ਮੁਸ਼ਕਲ ਦਾ ਸਾਹਮਣਾ ਕਰਨਾ। ਲੋਕਾਂ ਨੇ ਮੰਗ ਕੀਤੀ ਹੈ ਕਿ ਇੱਥੇ ਜਿਹੜੇ ਤਬਾਦਲਾ ਕੀਤਾ ਗਿਆ ਉਸਨੂੰ ਸਮਾਣਾ ਹਸਪਤਾਲ 'ਚ ਤੁਰੰਤ ਭੇਜਿਆ ਜਾਵੇ। ਇਸ ਬਾਰੇ ਜੋ ਗੱਲਬਾਤ ਕੀਤੀ ਗਈ ਤਾਂ ਕਾਰਜਕਾਰੀ ਮੈਡੀਕਲ ਅਫਸਰ ਉਹਨਾਂ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਧਿਕਾਰੀ ਡਾਕਟਰ ਜਤਿਨ ਨੇ ਕਿਹਾ ਕਿ ਉਹਨਾਂ ਨੂੰ ਉੱਥੇ ਨਈ ਮਸ਼ੀਨ ਇੰਸਟਾਲ ਹੋ ਰਹੀ ਹੈ ਦੁੱਧਨ ਸਾਧਾ, ਉਸ ਕਰਕੇ ਉੱਥੇ ਭੇਜਿਆ ਗਿਆ। ਲੇਕਿਨ ਸਰਕਾਰ ਨੂੰ ਕਿਹਾ ਸਮਾਣਾ ਦੇ ਸਰਕਾਰੀ ਹਸਪਤਾਲ ਦਾ ਮੁਲਾਜ਼ਮ ਜਾਂ ਮਸ਼ੀਨਾਂ ਹੀ ਦਿਖਦੀਆਂ, ਜਿਹੜੇ ਕਿ ਸਿਹਤ ਵਿਭਾਗ ਦੇ ਅਧਿਕਾਰੀ ਹਰ ਸਮੇਂ ਜਦੋਂ ਕਦੀ ਕੋਈ ਚੀਜ਼ ਲੋੜ ਹੁੰਦੀ ਹੈ ਸਮਾਣਾ ਹਸਪਤਾਲ ਤੋਂ ਚੁੱਕ ਕੇ ਦੂਜੀ ਥਾਵਾਂ ਪਹੁੰਚਾ ਦਿੰਦੇ ਹੈ ਕਿ ਇੱਥੇ ਦੇ ਹਲਕੇ ਦੇ ਲੋਕਾਂ ਨੂੰ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ। ਨਾਮ ਸਰਦਾਰ ਹੈ ਜੀ, ਪਿੰਡ ਸਮਾਣਾ। ਹਾਂ, ਕਿੰਨਾ ਟਾਈਮ ਦਾ ਐਕਸਰੇ ਵਾਸਤੇ ਖੜੇ? ਅਸੀਂ ਇੱਥੋਂ 9 ਵਜੇ ਤੇ ਖੜੇ ਆ। ਹਾਂ, ਹੁਣ ਕੀ ਟਾਈਮ ਹੋ ਗਿਆ? ਇੱਥੇ ਦੇਖ ਲਓ ਜੀ, ਹੁਣ 10 ਵਜੇ 11 ਵਜਣ ਵਾਲੇ ਹੋਗਾ ਹੁਣ ਵੀ। 2 ਘੰਟੇ ਤੋਂ ਉੱਪਰ ਹੋ ਗਿਆ। ਹਾਂਜੀ, 11:30 11:30 ਹੋ ਗਿਆ। ਅਸੀਂ ਜਾ ਕੇ ਰਹੇ ਹਾਂ। ਕੋਈ ਅਸਕਰਾਂ ਨੂੰ ਕੱਟ ਰਿਹਾ? ਕੋਈ ਕੁਝ ਨਹੀਂ ਕੱਟ ਰਿਹਾ। ਫੀਸ ਭਰਤੀ? ਫੀਸ ਭਰੀ ਹੈ? ਫੀਸ ਭਰਤੀ ਦੇ ਨੇ? ਹਾਂਜੀ ਹਾਂ, ਪਰਤੇ ਆ ਦੇਖ ਲਓ, ਉਹ ਡਾਕਟਰ ਨੇ ਕੱਟ ਕੇ ਰਿਪੋਰਟ ਦਿੱਤੀ ਹੈ। ਮਹਿੰਦਰ ਕੌਰ ਹੈ ਜੀ। ਕਿਹੜਾ ਪਿੰਡ ਹੈ? ਸਹਿਜਪੁਰਾ। 10:30 ਦੀ ਘੰਟਾ ਹੋ ਗਿਆ ਮਤਲਬ? ਹਾਂਜੀ। ਐਕਸਰੇ ਕਰਾਉਣਾ ਹੈ? ਹਾਂਜੀ, ਐਕਸਰੇ ਕਰਾਉਣਾ। ਸਰ, ਐਚਯੂ ਦੇ ਵਿੱਚ ਨਾ 2 ਜਣੇ ਹੈਗੇ ਆ, ਅਸੀਂ 4 ਦੀ ਹੈਗੀ ਆ ਇੱਥੇ ਪੋਸਟ, 2 ਹੀ ਜਣੇ ਕੰਮ ਕਰ ਰਹੇ ਆ, 2 ਦੇ ਵਿੱਚੋਂ ਵੀ ਇੱਕ ਜਣੇ ਦੀ ਜਿਹੜਾ ਸਰਦਾਰ ਮੁੰਡਾ ਆਂਦਾ ਸੀ ਉਹ ਕਿੱਥੇ ਭੇਜਦਾ? ਉਹ ਦੁੱਧਨ ਸਾਧਾਂ ਗੇ ਲਗਾਈ ਹੋਈ ਹੈ ਜੀ ਉਹਦੀ ਡਿਊਟੀ। ਮਰੀਜ਼ ਤਾਂ ਸਰ ਬਹੁਤ ਜ਼ਿਆਦਾ ਆਉਂਦੇ ਹੈਗੇ ਨੇ ਜੀ, ਬਹੁਤ ਦੂਰ ਦੂਰ ਤੋਂ ਆਉਂਦੇ ਨੇ, ਕਾਫੀ ਪਾਤੜਾ ਮੋਨਕ ਤੱਕ ਦੇ ਪੇਸ਼ੈਂਟ ਆ ਰਹੇ ਹੈਗੇ ਨੇ, ਬਾਦਸ਼ਾਹ ਪੁਰਸ਼ ਤਰਾਨਾ, ਤੇ ਹੁਣ ਇੰਨੇ ਜਣੇ ਹੈਗੇ ਨੇ ਬਾਹਰ ਇਕੱਠੇ ਹੋਏ ਹੋਏ ਨੇ, ਤੇ ਤੁਹਾਨੂੰ ਪਤਾ ਵੀ ਮਰੀਜ਼ ਵੀ ਕਾਫੀ ਨੇ, ਤੇ ਉਹਨਾਂ ਨੂੰ ਹੁਣ ਲੋੜ ਵੀ ਹੈਗੀ ਆ, ਤੇ ਹੁਣ ਇੱਕ ਜਣੇ ਨੂੰ ਫਿਰ ਟਾਈਮ ਲੱਗ ਰਿਹਾ ਹੈਗਾ ਜੀ, ਇਕੱਲੇ ਜਣੇ ਨੂੰ ਕੰਮ ਕਰਨ ਦੇ ਵਿੱਚ, ਐਂਟਰੀਆਂ ਵੀ ਕਰਨੀਆਂ ਨੇ, ਫੀਸਾਂ ਵੀ ਭਰਵਾਉਣੀਆਂ ਨੇ, ਉੱਥੋਂ ਐਕਸਰੇ ਵੀ ਕੱਢਣੇ ਨੇ, ਹਨਾ, ਉਹਦੇ ਜਾ ਕੇ ਕਰਨੇ ਵੀ, ਪ੍ਰਿੰਟ ਵੀ ਦੇਣੇ ਹੈਗੇ ਨੇ, ਫਿਰ ਉਹਨਾਂ ਨੂੰ ਦੇਣੇ ਵੀ ਐਕਸਰੇ, ਫਿਰ ਉਹਨਾਂ ਨੂੰ ਦਿੱਕਤ ਆ ਰਹੀ ਹੈਗੀ ਆ ਜੀ ਐਕਸਰੇ 'ਚ, ਤਾਂ ਜ਼ਿਆਦਾ ਹੀ ਇੰਨਾ ਰਸ਼ ਹੋਇਆ ਹੋਇਆ ਹੈਗਾ, ਇਕੱਲੇ ਜਣੇ ਨੂੰ ਮੁਸ਼ਕਿਲ ਹੋ ਰਹੀ ਹੈ ਕੰਮ ਕਰਨ ਦੇ ਵਿੱਚ ਜੀ। ਹਾਂ, ਮੈਨੂੰ ਐਸ ਐਮ ਸਰ ਨੇ ਦੱਸਿਆ ਸੀਗਾ ਕਿ ਇਹ ਆਪਣੇ ਕੋਲ ਜਿਹੜਾ ਗੁਰਜੀਤ ਸਿੰਘ ਹੈ ਐਕਸਰੇ ਵਾਲਾ, ਉਹ ਦੁੱਧਨ ਸਾਧਾ 'ਚ ਕੋਈ ਨਵੀਂ ਮਸ਼ੀਨ ਆਈ ਹੈ ਉੱਥੇ ਇੰਸਟਾਲ ਕੀਤੀ ਹੈ, ਅਤੇ 3-4 ਦਿਨ ਲਈ ਨਾ ਉੱਥੇ ਐਸ ਐਮ ਓ ਨੇ ਇੱਥੇ ਉਹ ਡਿਊਟੀ ਲਗਾਈ ਹੈ ਤਾਂ ਕਿ ਉਹ ਮਸ਼ੀਨ ਇੰਸਟਾਲ ਕਰਵਾ ਸਕੇ। ਪਰ ਸਾਨੂੰ ਇੱਥੇ ਦਿੱਕਤ ਆ ਰਹੀ ਹੈ ਕਿ ਅੱਜ ਐਕਸਰੇ ਬਹੁਤ ਜ਼ਿਆਦਾ ਰਸ਼ ਹੈ, ਇੱਕੋ ਕੁੜੀ ਹੈਗੀ ਰਿਸ਼ਵਿੰਦਰ, ਅਤੇ ਅਸੀਂ ਅਪੀਲ ਕਰਦੇ ਹਾਂ ਹਾਇਰ ਅਥੋਰਟੀਜ਼ ਨੂੰ ਕਿ ਇੱਥੋਂ ਬੰਦਾ ਬਾਹਰ ਨਾ ਭੇਜਿਆ ਜਾਵੇ। ਕੈਮਰਾਮੈਨ BK ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।